ਅੱਜ ਦੀ ਵੀਡੀਓ ਬੜੀ ਮਜ਼ੇਦਾਰ ਹੋਣ ਵਾਲੀ ਹੈ ਤੇ ਤੁਹਾਨੂੰ ਇਹਦੇ ਵਿੱਚ ਬਹੁਤ ਜ਼ਿਆਦਾ ਕੁਝ ਸਿੱਖਣ ਨੂੰ ਮਿਲੇਗਾ ਇਹਦੇ ਵਾਸਤੇ ਤੁਹਾਨੂੰ ਵੀਡੀਓ ਫੁੱਲ ਦੇਖਣੀ ਪੈਗੀ ਵੀਡੀਓ ਨੂੰ ਤੁਸੀਂ ਸਕਿੱਪ ਨਹੀਂ ਕਰਨਾ ਸਟੈਪ ਬਾਈ ਸਟੈਪ ਦੇਖਣਾ ਹੈ ਕਿ ਸਿਰਫ 1 ਕਿਲੋ ਭਲਾਈ ਦੇ ਨਾਲ ਮੈਂ ਗਾਜਰ ਦਾ ਹਲਵਾ ਵੀ ਬਣਾਇਆ ਸੁਣ ਦਾ ਹਲਵਾ ਵੀ ਬਣਾਇਆ ਤੇ ਨਾਲ ਇੰਨਾ ਸਾਰਾ ਦੇਸੀ ਘੀ ਵੀ ਬਣਾਇਆ ਤੇ ਜੇ ਮੈਂ ਚਾਹੁੰਦੀ ਤੇ ਵਿੱਚੋਂ ਥੋੜਾ ਜਿਹਾ ਮੱਖਣ ਦਾ ਪੇੜਾ ਰੱਖ ਲੈਂਦੀ ਤੇ ਆਪਣੀਆਂ ਚਾਰ ਡਿਸ਼ਾਂ ਬਣ ਜਾਣੀਆਂ ਸੀਗੀਆਂ ਸਿਰਫ 1 ਕਿਲੋ ਭਲਾਈ ਦੇ ਨਾਲ ਜੇ ਤੁਸੀਂ ਵੀ ਸਿੱਖਣਾ ਚਾਹੁੰਦੇ ਹੋ ਕਿ 1 ਕਿਲੋ ਬਲਾਈ ਦੇ ਨਾਲ ਤੁਸੀਂ ਇੰਨਾ ਕੁਝ ਕਿਸ ਤਰੀਕੇ ਨਾਲ ਬਣਾ ਸਕਦੇ ਹੋ ਤਾਂ ਵੀਡੀਓ ਨੂੰ ਤੁਸੀਂ ਫੁੱਲ ਦੇਖਣਾ ਹੈ ਵੀਡੀਓ ਪਸੰਦ ਆਵੇ ਤੇ ਨੂੰ ਲਾਈਕ ਵੀ ਕਰਨਾ ਹੈ ਇਹਨੂੰ ਸ਼ੇਅਰ ਵੀ ਕਰਨਾ ਹੈ ਤਾਂ ਕਿ ਚੈਨਲ ਨੂੰ ਬਹੁਤ ਸਾਰੀ ਸਪੋਰਟ ਮਿਲੇ ਇਸ ਵੀਡੀਓ ਦੇ ਨਾਲ ਕਿਉਂਕਿ ਮੈਂ ਬੜੀ ਮਿਹਨਤ ਕਰਕੇ ਵੀਡੀਓ ਬਣਾਈ ਹੈ ਤਕਰੀਬਨ ਸਾਰਾ ਦਿਨ ਲੱਗਾ ਹੈ ਮੇਰਾ ਇਸ ਵੀਡੀਓ ਤੇ ਸੋਣ ਦਾ ਹਲਵਾ ਜਿਹੜਾ ਸਰਦੀਆਂ ਚ ਬਹੁਤ ਹੀ ਜ਼ਬਰਦਸਤ ਚੀਜ਼ ਹੈ ਗਾਜਰ ਦਾ ਹਲਵਾ ਉਸ ਤੋਂ ਵੀ ਵਧੀਆ ਹੈ ਤੇ ਚਲੋ ਦੇਖਦੇ ਆਂ ਨਾਲ ਇਹਨਾਂ ਦੇ ਫਾਇਦੇ ਤੁਹਾਨੂੰ ਅੱਗੇ ਚੱਲ ਕੇ ਦੱਸਾਂਗੇ ਬismillah hir rahman nirrahim ਸਭ ਤੋਂ ਪਹਿਲੇ ਤੁਹਾਨੂੰ ਇਹ ਦੱਸਾਂਗੇ ਕਿ ਜਦੋਂ ਤੁਸੀਂ ਗ੍ਰਾਈਂਡਰ ਦੇ ਵਿੱਚ ਗ੍ਰाइंड ਕਰਦੇ ਹੋ ਮੱਖਣ ਬਣਾਉਂਦੇ ਹੋ ਸਾਰਾ ਤੁਹਾਡਾ ਗ੍ਰਾਈਂਡਰ ਦਾ ਜੱਗ ਜਿਹੜਾ ਉਹ ਮੱਖਣ ਦੇ ਨਾਲ ਗਰੀਸੀ ਹੋ ਜਾਂਦਾ ਹੈ ਹੱਥ ਗਰੀਸੀ ਹੋ ਜਾਂਦੇ ਨੇ ਤੇ ਇਹ ਦੇਖਿਓ ਤੁਸੀਂ ਕਿਤੇ ਵੀ ਮੇਰੇ ਹੱਥਾਂ ਨੂੰ ਜ਼ਰਾ ਵੀ ਮੱਖਣ ਨਹੀਂ ਲੱਗੇਗਾ ਤੇ ਉਹਦੇ ਵਾਸਤੇ ਮੈਂ ਕੀ ਕੀਤਾ ਕਿ ਪਹਿਲੇ ਮੈਂ ghee ਦੇ ਵਿੱਚ ਗ੍ਰਾਈਂਡਰ ਵਾਲੇ ਜਾਰ ਚ ਪਾਣੀ ਪਾਇਆ ਉਸ ਤੋਂ ਬਾਅਦ ਬਲਾਈ ਪਾਈ ਤੇ ਇਹ ਦੇਖੋ ਹੁਣ ਮੈਂ ਗ੍ਰਾਈਂਡ ਕੀਤਾ ਤੇ ਜਦੋਂ ਇਸ ਤਰ੍ਹਾਂ ਗਾੜੀ ਹੋ ਗਈ ਬਲਾਈ ਤੇ ਇਹਦੇ ਵਿੱਚ ਮੈਂ ਥੋੜਾ ਜਿਹਾ ਪਾਣੀ ਹੋਰ ਸ਼ਾਮਿਲ ਕਰ ਦਾਂਗੀ ਤੇ ਪਾਣੀ ਤੁਸੀਂ ਕਿਹੜਾ ਪਾਣਾ ਹੈ ਸਰਦੀ ਦਾ ਮੌਸਮ ਹੈ ਤੁਸੀਂ ਨੀਮ ਗਰਮ ਪਾਣੀ ਪਾਣਾ ਹੈ ਪਾਣੀ ਠੰਡਾ ਬਿਲਕੁਲ ਨਹੀਂ ਹੋਣਾ ਚਾਹੀਦਾ ਨਹੀਂ ਕਿ ਤੁਹਾਨੂੰ ਇਹ ਤੇ ਤੁਹਾਨੂੰ ਮੱਖਣ ਬਹੁਤ ਜ਼ਿਆਦਾ ਤੰਗ ਕਰੇਗਾ ਇਹ ਦੇਖੋ ਮਾਸ਼ਾਅੱਲਾ ਕਿੰਨਾ ਸੋਹਣਾ ਮੱਖਣ ਆ ਗਿਆ ਸੀਬ ਥੋੜਾ ਜਿਹਾ ਮੈਂ ਚੱਕਰ ਦਿੱਤਾ ਗ੍ਰਾਈਂਡਰ ਨੂੰ ਬਿਸਮਿਲਲਾਹਿ ਰਹਿਮਾਨਿ ਰਹੀਮ ਤੇ ਇਹ ਦੇਖੋ ਇੱਕ ਬਰਤਨ ਲੈ ਲਿਆ ਉਹਦੇ ਉੱਪਰ ਛਲਨੀ ਰੱਖ ਲਈ ਆ ਜਿਹੜੀ ਆ ਆਟਾ ਛਾਨਣ ਵਾਲੀ ਆਪਣੀ ਛਾਨਣੀ ਹੁੰਦੀ ਆ ਤੇ ਆ ਦੇਖੋ ਮਾਸ਼ਾਅੱਲਾ ਜੱਗ ਵੀ ਤੁਹਾਨੂੰ ਦਿਖਾ ਦਿੱਤਾ ਬਿਲਕੁਲ ਸਾਫਾ ਵਿੱਚੋਂ ਇੱਕ ਹੀ ਦਫ ਇਹ ਤੇ ਅੱਧਾ ਜੱਗ ਨੂੰ ਲੱਗ ਜਾਂਦਾ ਹੈ ਤੇ ਇਹ ਦੇਖੋ ਦੂਸਰੀ ਦਫਾ ਵੀ ਮੈਂ ਉਸੇ ਤਰੀਕੇ ਨਾਲ ਕੱਢ ਲਿਆ ਪਹਿਲੇ ਪਾਣੀ ਪਾਇਆ ਨੇਮ ਗਰਮ ਜੱਗ ਦੇ ਵਿੱਚ ਉਸ ਤੋਂ ਬਾਅਦ ਮਲਾਈ ਪਾਈਏ ਉਹਨੂੰ ਜੋ ਗਰਾਉਂਡ ਕਰ ਲਿਆ ਜੋ ਗਾੜਾ ਹੋ ਗਿਆ ਥੋੜਾ ਜਿਹਾ ਪਾਣੀ ਹੋਰ ਥੋੜਾ ਜਿਹਾ ਪਾਣਾ ਪੈਂਦਾ ਹੈ ਤਕਰੀਬਨ ਅੱਧਾ ਕੱਪ ਤੇ ਇਸੇ ਤਰੀਕੇ ਨਾਲ ਦੇਖੋ ਮਾਸ਼ਾਅੱਲਾ ਮੈਂ ਸਾਰਾ ਮਲਾਈ ਤੋਂ ਮੱਖਣ ਕੱਢ ਲਿਆ ਤੇ نیچے ਇਹ ਜਿਹੜਾ ਉਹਦੇ ਵਿੱਚੋਂ ਨਿਕਲਿਆ ਹੈ ਦੁੱਧ ਜਿਹੜਾ ਮਲਾਈ ਦੇ ਵਿੱਚ ਹੁੰਦਾ ਹੈ ਇਹ ਥੋੜਾ ਬਹੁਤ ਆਪਾਂ ਪਾਣੀ ਪਾਇਆ ਇਹਨੂੰ ਵੀ ਆਪਾਂ ਵੇਸਟ ਨਹੀਂ ਕਰਨਾ ਇਹਦੇ ਨਾਲ ਵੀ ਆਪਾਂ ਬਹੁਤ ਜ਼ਬਰਦਸਤ ਚੀਜ਼ ਬਣਾਵਾਂਗੇ ਬਿਸ ਅਸਲਾਮੁਅਲੈਕਮ ਵੀਵਰਸ ਕੀ ਹਾਲ ਨੇ ਮੀਤੇ ਸਾਰੇ ਠੀਕ ਹੋਣਗੇ ਅੱਲਾਹ ਤਾਲਾ ਸਾਰਿਆਂ ਨੂੰ ਆਪਣੀ ਖੁਸ਼ ਰੱਖੇ ਆਬਾਦ ਰੱਖੇ ਆਮੀਨ ਸੁਮਾ ਅਮੀਨ ਜਿੱਤੇ ਵੀਵਰਸ ਦੇਖੋ ਫਿਰ ਹੁਣ ਮੱਖਣ ਤੇ ਆਪਣਾ ਨਿਕਲ ਗਿਆ ਤੇ ਸਲਾਮ ਦਾ ਵੀ ਅੱਜ ਯਾਦ ਨਹੀਂ ਰਿਹਾ ਗੱਲਾਂ-ਗੱਲਾਂ ਦੇ ਵਿੱਚ ਤੇ ਸਲਾਮ ਹੁਣ ਆਪਾਂ ਵੀਡੀਓ ਦੇ ਦਰਮਿਆਨ ਚਾ ਕੇ ਲੈ ਲਿਆ ਤੇ ਹੁਣ ਆਪਾਂ ਮੱਖਣ ਨੂੰ ਰੱਖ ਦਿੱਤਾ ਹੈ ਗਰਮ ਕਰਨ ਵਾਸਤੇ ਉਹਦੇ ਨਾਲ ਆਪਾਂ ਬਣਾਵਾਂਗੇ ਦੇਸੀ ਘੀ ਜੇ ਤੁਸੀਂ ਚਾਹੋ ਤਾਂ ਥੋੜਾ ਜਿਹਾ ਮੱਖਣ ਜੇ ਬੱਚੇ ਪਸੰਦ ਕਰਦੇ ਤੇ ਇਸ ਤਰ੍ਹਾਂ ਥੋੜਾ ਜਿਹਾ ਕੱਢ ਕੇ ਰੱਖ ਲਓ ਬਾਕੀ ਦਾ ਘੀ ਬਣਾ ਲਓ ਤੇ ਇਹਨੂੰ ਮੈਂ ਪਹਿਲੇ ਤੇਜ਼ ਅੱਗ ਤੇ ਰੱਖਾਂਗੀ ਫਿਰ ਇਹਨੂੰ ਹਲਕੀ ਅੱਗ ਤੇ ਕਰ ਦਾਂਗੇ ਜਿੰਨੀ ਦੇ ਤੱਕ ghee ਗਰਮ ਹੋ ਰਿਹਾ ਉਹ ਨਹੀਂ ਦੇ ਤੱਕ ਅੱਧਾ ਕਿਲੋ ਗਾਜਰਾ ਲੈ ਲਿਆ ਨੇ ਇਹਨਾਂ ਗਾਜਰਾ ਨੂੰ ਛਿੱਲਾਂਗੇ ਜਲਦੀ ਦੇ ਨਾਲ ਗਾਜਰਾ ਨੂੰ ਛੇਲਾਂਗੇ ਛਿਲਣ ਤੋਂ ਬਾਅਦ ਇਹਨਾਂ ਨੂੰ ਕਟਾਂਗੇ ਤੁਹਾਡੀ ਮਰਜ਼ੀ ਤੁਸੀਂ ਇਹਨਾਂ ਨੂੰ ਕਦੂਕਸ਼ ਵੀ ਕਰ ਸਕਦੇ ਹੋ ਮੈਂ ਬਸ ਇਹਨਾਂ ਨੂੰ ਇਸ ਤਰ੍ਹਾਂ ਹੀ ਰਫਲੀ ਕੱਟ ਲਿਆ ਸੀ ਇਹ ਦੇਖੋ ਗਾਜਰਾ ਚਿੱਲੀਆਂ ਤੇ ਇਹ ਦੇਖੋ ਮਾਸ਼ਾਅੱਲਾ ਸਿਰਫ 2 ਤੋਂ 3 ਮਿੰਟ ਲੱਗੇ ਨੇ ਆ ਦੇਖੋ ghee ਪਿਗਲ ਗਿਆ ਤੇ ਹੁਣ ਮੈਂ ਆਂਚੇ ਦੀ ਜਿਹੜੀ ਹਲਕੀ ਕਰ ਦਿੱਤੀ ਹੈ ਹੁਣ ਸਲੋ ਫਲੇਮ ਤੇ ਇਹਨੂੰ ਥੋੜੀ ਜਿਹੀ ਦੇਰ ਪੱਕਣ ਦਿਆਂਗੇ ਫਿਰ ਫਲੇਮ ਜਲਾਣਾ ਥੋੜਾ ਮੀਡੀਅਮ ਕਰ ਦਾਂਗੇ ਸਲੋ ਇਸ ਲਈ ਕੀਤਾ ਕਿ ਉਬਲ ਕੇ ਬਾਹਰ ਨਾ ਗਿਰ ਜਾਵੇ ਤੇ ਦੁਬਾਰਾ ਆਪਾਂ ਆਪਣੀ ਦੂਸਰੀ ਡਿਸ਼ ਵੱਲ ਆ ਜਾਈਏ ਗਾਜਰਾ ਮੈਂ ਕੱਟ ਲਈਆਂ ਰਫ ਜੀਆਂ ਕੱਟ ਲਈਆਂ ਤੁਸੀਂ ਇਸ ਤੋਂ ਥੋੜੀਆਂ ਬਰੀਕ ਹੀ ਰੱਖ ਲਿਓ ਤਾਂ ਕਿ ਤੁਹਾਨੂੰ ਜ਼ਿਆਦਾ ਮਸਲਾ ਨਾ ਹੋਵੇ ਗਲਾਂ ਦੇ ਵਿੱਚ ਤੇ ਉਹ ਜਿਹੜਾ ਆਪਣਾ ਦੁੱਧ ਨਿਕਲਿਆ ਸੀ ਭਲਾਈ ਦੇ ਵਿੱਚੋਂ ਤੇ ਉਹ ਇਹਦੇ ਵਿੱਚ ਸ਼ਾਮਿਲ ਕਰ ਦਿੱਤਾ ਤੇ ਇਹਨੂੰ ਆਪਾਂ ਰੱਖ ਦੇਵਾਂਗੇ ਦੂਸਰੇ ਚੁੱਲੇ ਤੇ ਤੇ ਪੱਕਣ ਵਾਸਤੇ ਇਹ ਪੱਕਦਾ ਰਹੇਗਾ ਤੇ ਉਨੀ ਦੇਰ ਆਪਾਂ ghee ਨੂੰ ਬਿਲਕੁਲ ਧਿਆਨ ਦੇ ਨਾਲ ਦੇਖਣਾ ਉਹਨੂੰ ਕੁਝ ਨਹੀਂ ਹੁੰਦਾ ਉਹ ਨਾ ਹੀ نیچے ਲੱਗੇਗਾ ਕਿਉਂਕਿ ਆਪਾਂ ਗਾਜਰਾਂ ਉਹਦੇ ਵਿੱਚ ਮੋਟੀਆਂ-ਮੋਟੀਆਂ ਪਾਈਆਂ ਜਿੰਨੀ ਦੇਰ ਆਪਣਾ ghee ਹੋ ਤਿਆਰ ਹੋ ਰਿਹਾ ਤੇ ਉਨੀ ਦੇਰ ਤੱਕ ਉਹ ਗਾਜਰਾਂ ਜਿਹੜੀਆਂ ਵਾ ਉਹ ਥੋੜੀਆਂ-ਥੋੜੀਆਂ ਨਰਮ ਹੋ ਜਾਣਗੀਆਂ ਤੇ ਇਹ ਦੇਖੋ ਮਾਸ਼ਾਅੱਲਾ ਤਕਰੀਬਨ 10 ਮਿੰਟ ਲੱਗੇ ਨੇ ਟੋਟਲ ਤੇ ghee ਦੇਖੋ ਬਣ ਕੇ ਤਿਆਰ ਹੋ ਗਿਆ ਮਾਸ਼ਾਅੱਲਾ ਦੇਖੋ ਕਿੰਨਾ ਜ਼ਬਰਦਸਤ ghee ਬਣ ਗਿਆ ਤੇ ਹੁਣ ਇਹਦਾ ਫਲੇਮ ਆਪਾਂ ਕਰ ਦੇਾਂਗੇ ਬੰਦ ਤਾਂ ਕਿ ਇਹ जले ਨਹੀਂ ਕਿਉਂਕਿ ਇਸ ਤਰ੍ਹਾਂ ਜਦੋਂ ਚਾਗ ਉੱਪਰ ਆ ਜਾਂਦੀ ਹੈ ਤੇ ਖਤਰਾ ਹੁੰਦਾ ghee ਦੇ ਜਲਣ ਦਾ ਇਹ ਦੇਖੋ ਮਾਸ਼ਾਅੱਲਾ 3-4 ਮਿੰਟੇ ਪਿਆ ਰਿਹਾ ਤੇ ਕਿੰਨਾ ਸੋਹਣਾ ਨਿੱਤਰ ਗਿਆ ਤੇ ਹੁਣ ਆਪਾਂ ਦੇਖਨੇ ਆਪਣੀਆਂ ਗਾਜਰਾਂ ਨੂੰ ਇਹ ਦੇਖੋ ਗਾਜਰਾਂ ਆਪਣੀਆਂ ਜ਼ਬਰਦਸਤਿਆਂ ਕੁਕ ਹੋ ਰਹੀਆਂ ਇਹਨਾਂ ਨੂੰ ਤੁਸੀਂ ਟੱਕ ਦਿਆ ਜੇ ਤਾਂ ਕਿ ਇਹ ਜਲਦੀ ਭਾਫ਼ ਦੇ ਨਾਲ ਪੱਕ ਜਾਣ ਤੇ ghee ਆਪਣਾ ਹੁਣ ਠੰਡਾ ਹੋ ਗਿਆ ਹੈ ਤੇ ਉਹਨੂੰ ਹੁਣ ਆਪਾਂ ਜਿਹੜੇ ਬਰਤਨ ਚ ਪਾਣਾ ਹੈ ਉਹਦੇ ਉੱਤੇ ਆਪਾਂ ਇੱਕ ਸਾਫ਼ ਸੁਥਰਾ ਕਪੜਾ ਲਪੇਟਾਂਗੇ। ਬismillahirrahmanirrahim ਤੇ ਉਹਨੂੰ ਗਿਰਾ ਦੇ ਲਈਏ ਕਪੜੇ ਨੂੰ ਤਾਂ ਕਿ ghee ਜਿਹੜਾ ਗਰੇ ਨਹੀਂ। ਕਦੀ ਵੀ ਤੁਸੀਂ ਚਾਹ ਪੁੰਨ ਵਾਲੀ ਪੋਣੀ ਦੇ ਨਾਲ ਸਟੀਨਲ ਦੇ ਨਾਲ ਤੁਸੀਂ ਕਿਉਂ ਨੂੰ ਨਹੀਂ ਪੁੰਨਣਾ ਉਹਦੇ ਨਾਲ ਕਿਉਂ ਖਰਾਬ ਹੋ ਜਾਂਦਾ ਬਹੁਤ ਜਲਦੀ। ਇਸ ਤਰ੍ਹਾਂ ਕਿਉਂ ਤੁਸੀਂ ਰੱਖੋਗੇ ਤੇ ਬੇਸ਼ੱਕ ਇਹਨੂੰ ਤੁਸੀਂ ਜਿਸ ਤਰ੍ਹਾਂ ਮਰਜ਼ੀ 6 ਮਹੀਨੇ, ਸਾਲ, 2 ਸਾਲ ਰੱਖ ਲਓ ਤੁਹਾਡਾ ghee ਬਿਲਕੁਲ ਖਰਾਬ ਨਹੀਂ ਹੋਏਗਾ। ਇਹ ਦੇਖੋ ਇਹ ਵਿੱਚੋਂ ਬਸ ਥੋੜਾ ਜਿਹਾ ਵੇਸਟ ਨਿਕਲਿਆ। ਇਨੂੰ ਵੀ ਆਪਾਂ ਦਬਾ ਕੇ ਇਹਦੇ ਵਿੱਚੋਂ ghee ਕਢ ਲਿਆ ਤੇ ਉਹਨੂੰ علیحدਾ ਕਰ ਦਿੱਤਾ ਹੈ ਤੇ ਦੇਖੋ ਮਾਸ਼ਾਅੱਲਾ ਤੇ ghee ਨੂੰ ਜਦੋਂ ਤੁਸੀਂ ਸਟੋਰ ਕਰਨਾ ਹੈ ਮੈਂ ਤੇ ਹੁਣ ਤੁਹਾਡੇ ਸਾਹਮਣੇ ਜਾਰ ਚ ਪਾਣਾ ਸੀ ਜੱਗ ਦੇ ਵਿੱਚ ਤੁਹਾਡੇ ਸਾਹਮਣੇ ਤੇ ਇਸ ਲਈ ਮੈਂ ਇਹਨੂੰ ਇਦਾਂ ਹੀ ਪਾ ਲਿਆ ਤੇ ਤੁਸੀਂ ਇਹਨੂੰ 에어 ਟਾਈਟ ਕੰਟੇਨਰ 'ਚ ਬੰਦ ਕਰਕੇ ਸਟੀਲ ਦਾ ਬਰਤਨ ਤੁਹਾਡਾ ਹੋਵੇ ਤੇ ਤੁਹਾਡਾ ghee ਬਿਲਕੁਲ ਖਰਾਬ ਨਹੀਂ ਹੋਏਗਾ ਜਾਂ ਤੁਹਾਡਾ ਸ਼ੀਸ਼ੇ ਦਾ ਜਾਰ ਹੋਵੇ ਤੇ ghee ਖਰਾਬ ਨਹੀਂ ਹੋਏਗਾ ਤੇ ghee ਨੂੰ ਤੁਸੀਂ ਫ੍ਰਿਜ 'ਚ ਨਹੀਂ ਰੱਖਣਾ ਇਹ ਚੀਜ਼ ਦਾ ਖਿਆਲ ਰੱਖਣਾ ਹੈ ghee ਨੂੰ ਫ੍ਰਿਜ ਰੱਖੋਗੇ ਤੇ ਦੇਸੀ ghee ਬਹੁਤ ਜਲਦੀ ਖਰਾਬ ਹੋ ਜਾਂਦਾ ਹੈ ਤੇ ਇਹ ਜਦੋਂ ਆਪਾਂ ghee ਪੁੰਨਿਆ ਸੀਗਾ ਤੇ ਥੋੜਾ ਜਿਹਾ ਵਿੱਚ ਜਿਹੜਾ ਵੇਸਟ ਰਹਿ ਗਿਆ ਸੀ ਉਹਨੂੰ ਮੈਂ ਦੁਬਾਰਾ ਉਹਨੂੰ ਗਰਮ ਕੀਤਾ ਗਰਮ ਕਰਕੇ ਉਹਦੇ ਵਿੱਚ 1 ਕੱਪ ਪੌਣਾ ਕੱਪ ਤਕਰੀਬਨ ਆਟੇ ਦਾ ਪਾਇਆ ਤੇ 1 ਚਮਚ ਸੁੰਡ ਦਾ ਪਾ ਦਿੱਤਾ ਹੈ ਤੇ ਇਹਨੂੰ ਹੁਣ ਆਪਾਂ ਭੁੰਨਾਂਗੇ ਚੰਗੇ ਤਰੀਕੇ ਨਾਲ ਪੌਣਾ ਕਾ ਪਾਟੇ ਦਾ ਹੈ ਉਸ ਵੇਸਟ ਦੇ ਵਿੱਚ ਵੀ ਉਹ ਵੇਸਟ ਹੀ ਨਹੀਂ ਹੁੰਦਾ ਉਹ ਬਸ ਉਹ ਨੀਚੇ ਥੋੜਾ ਜਿਹਾ ghee ਹੁੰਦਾ ਉਹਦੇ ਵਿੱਚ ਉਹ ਫੁੱਟੀਆਂ ਜੀਆਂ ਜਿਹੜੀਆਂ ਹੁੰਦੀਆਂ ਨੇ ਪੌਣਾ ਕਾ ਪਾਟੇ ਦਾ ਪਾ ਕੇ ਉਹਨੂੰ ਭੁੰਨ ਲਿਆ ਚੰਗੇ ਤਰੀਕੇ ਨਾਲ ਤੇ ਹੁਣ ਆਪਾਂ ਪੌਣਾ ਕਾਪੀ ਚੀਨੀ ਦਾ ਪਾ ਦਾਂਗੇ ਇਹਦੇ ਵਿੱਚ ਜੇ ਤੁਸੀਂ ਚਾਹੋ ਤੇ ਇਹਦੇ ਵਿੱਚ ਗੁੜ ਵੀ ਪਾ ਸਕਦੇ ਹੋ ਲੇਕਿਨ ਗੁੜ ਦਾ ਫਿਰ ਤੁਸੀਂ ਅੱਧੇ ਕੱਪ ਨਾਲੋਂ ਵੀ ਥੋੜਾ ਜਿਹਾ ਘੱਟ ਪਾਣਾ ਕਿਉਂਕਿ ਗੁੜ ਜਿਹੜਾ ਹੁੰਦਾ ਉਹ ਅੱਧੇ ਵਜ਼ਨ ਦਾ ਪਾਈਦਾ ਤੇ ਚੀਨੀ ਜਿਹੜੀ ਹੁੰਦੀ ਹੈ ਜਿਹੜੀ ਚੀਚੀ ਪਾਉ ਉਹ ਤਕਰੀਬਨ ਬਰਾਬਰ ਹੁੰਦੀ ਹੈ ਥੋੜੀ ਜਿਹੀ ਘੱਟ ਵੀ ਕਰ ਲਓ ਜਾਂ ਵੱਧ ਤੇ ਕਰ ਲਓ ਕੋਈ ਮਸਲਾ ਨਹੀਂ ਹੁੰਦਾ ਉਹਦਾ ਤੁਹਾਡੇ ਟੇਸ ਦੇ ਮੁਤਾਬਕ ਲੇਕਿਨ ਗੁੜ ਜਿਹੜਾ ਉਹ ਤੁਹਾਨੂੰ ਉਦਾਂ ਹੀ ਪਾਣਾ ਪੈਣਾ ਨਹੀਂ ਤੇ ਬਹੁਤ ਜ਼ਿਆਦਾ ਮਿੱਠਾ ਹੋ ਜਾਏਗਾ ਬਿਸਮਿਲ੍ਲਾਹਿ ਰਹਿਮਨ ਰਹਿਮੇ ਮੈਂ ਇਹਦੇ ਵਿੱਚ ਪਾਣੀ ਪਾ ਦਿੱਤਾ ਹੈ 2 ਕੱਪ ਮੈਂ ਇਹਦੇ ਵਿੱਚ ਪਾਣੀ ਦੇ ਪਾਏ ਨੇ ਅਨ ਇੱਕ ਦਫਾ ਦੁਬਾਰਾ ਰਿਕਵੈਸਟ ਹੈ ਕਿ ਵੀਡੀਓ ਚੰਗੀ ਲੱਗੇ ਤੇ ਲਾਈਕ ਤੇ ਸ਼ੇਅਰ ਜ਼ਰੂਰ ਕਰਿਆ ਜੇ ਚੈਨਲ ਤੇ ਨਵੇਂ ਆ ਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਜਾਇਆ ਜੇ ਤੇ ਨਾਲ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰਿਆ ਜਾ ਤਾਂ ਕਿ ਆਉਣ ਵਾਲੀਆਂ ਵੀਡੀਓਜ਼ ਆ ਨੋਟੀਫਿਕੇਸ਼ਨ ਤੁਹਾਡੇ ਤੱਕ ਆਸਾਨੀ ਨਾਲ ਪਹੁੰਚ ਸਕੇ ਇਹ ਦੇਖੋ ਦੋ ਕਾ ਪਾਣੀ ਦੇ ਪਾ ਕੇ ਜਦੋਂ ਕੰਡੀਸ਼ਨ ਇਹ ਹੋ ਜਵੇ ਤੇ ਹਲਵਾ ਤੁਹਾਡਾ ਤਿਆਰ ਹੈ ਬਿਸਮਿਲਲਾਹਿ ਰਹਿਮਨ ਰਹਿੀਮ ਇਹ ਦੇਖੋ ਮੈਂ ਹੁਣ ਡਿਸ਼ ਨੂੰ ਗ੍ਰੀਸ ਕਰ ਲਿਆ ਤੇ ਹਲਵਾ ਪਾਏ ਦੀ ਵਿੱਚ ਕੱਢ ਦਾਂਗੇ ਤੇ ਤੀਸਰੀ ਡਿਸ਼ ਆਪਣੀ ਹਜੇ ਰਹਿਂਦੀ ਆ ਗਰਮ-ਗਰਮ ਬਹੁਤ ਹੀ ਮਜ਼ੇਦਾਰ ਲੱਗਦਾ ਹੈ ਮੈਂ ਤੇ ਵੀਡੀਓ ਦੀ ਸ਼ੂਟਿੰਗ ਦੇ ਚੱਕਰ ਦੇ ਵਿੱਚ ਠੰਡਾ ਹੋ ਗਿਆ ਤੇ ਇਹ ਇਸ ਤਰ੍ਹਾਂ ਹੀ ਗਰਮ-ਗਰਮ ਹੀ ਖਾਇਆ ਜਾਂਦਾ ਹੈ ਇਹਦੇ ਇਹਦਾ ਜ਼ਿਆਦਾ ਅਸਰ ਹੁੰਦਾ ਹੈ ਸਰਦੀ ਦੇ ਵਿੱਚ ਬਹੁਤ ਹੀ ਅੱਛਾ ਹੁੰਦਾ ਹੈ ਹਲਵਾ ਜੇ ਤੁਸੀਂ ਇਹਨੂੰ ਗੁੜ ਨਾਲ ਬਣਾਓਗੇ ਤੇ ਇਹਦੇ ਹੋਰ ਜ਼ਿਆਦਾ ਜਿਹੜੇ ਨਾ ਫਾਇਦੇ ਜਿਹੜੇ ਨੇ ਉਹ ਵੱਧ ਜਾਣਗੇ ਇਹ ਲੋ ਉੱਪਰ ਮੈਂ ਥੋੜਾ ਜਿਹਾ ਹੱਥ ਗ੍ਰੀਸ ਕਰਕੇ ਤੇ ਦੁਬਾਰਾ ਉਹਨੂੰ ਮੈਂ ਪ੍ਰੈਸ ਕਰ ਦਿੱਤਾ ਹੈ ਤਾਂ ਕਿ ਜੇ ਤੁਸੀਂ ਇਹਦੀਆਂ ਟੁਕੜੀਆਂ ਕੱਟਣੀਆਂ ਚਾਹੋ ਤੇ ਉਹ ਵੀ ਅੱਛੇ ਤਰੀਕੇ ਨਾਲ ਕੱਟੀਆਂ ਜਾ ਸਕਣ ਤੇ ਇਹ ਦੇਖੋ ਜਿਹੜਾ ਆਪਣਾ ਦੁੱਧ ਬਚਿਆ ਸੀਗਾ ਬਲਾਈ ਦੇ ਵਿੱਚੋਂ ਦੁੱਧ ਤੇ ਪਾਣੀ ਜਿਹੜਾ ਸੀਗਾ ਤੇ ਉਹ ਗਾਜਰਾ ਵਿੱਚ ਪਾਤੀਆਂ ਤੇ ਉਹਦੇ ਵਿੱਚ ਫੁੱਟੀਆਂ ਜੀਆਂ ਬਣ ਗਈਆਂ ਇਹ ਫੁੱਟੀਆਂ ਤੁਹਾਡੀਆਂ ਨਾਮ ਬਣਨ ਤੇ ਤੁਸੀਂ ਵਿੱਚ ਅੱਧਾ ਚਮਚ ਸਿਰਕੇ ਦਾ ਪਾ ਕੇ ਵੀ ਬਣਾ ਸਕਦੇ ਹੋ ਤੇ ਉਹ ਜਦੋਂ ਦੁੱਧ ਤੇ ਪਾਣੀ ਬਿਲਕੁਲ ਖੁਸ਼ਕ ਹੋ ਗਿਆ ਤੇ ਅੰਮ੍ਰਿਤ ਵਿੱਚ ਦੋ ਪੈਕੇਟ ਬਿਸਕਟਾਂ ਤੇ ਪਾ ਦਿੱਤੇ ਨੇ ਇਹ ਵੱਡੇ ਵਾਲੇ ਪੈਕੇਟ ਨੇ ਤੇ ਇਹਨਾਂ ਨੂੰ ਹੁਣ ਥੋੜਾ ਜਿਹਾ ਦੇਖੋ ਮੈਂ ਇਹਨੂੰ ਮਿਕਸ ਕੀਤਾ ਹੈ ਜਿਹੜਾ ਥੋੜਾ ਬਹੁਤ ਪਾਣੀ ਸੀਗਾ ਉਹ ਬਿਸਕਟਾਂ ਨੇ ਚੂਸ ਲਿਆ ਤੇ ਹੁਣ ਆਪਾਂ ਇਹਨਾਂ ਨੂੰ ਕਰ ਲਾਂਗੇ ਮੈਸ਼ ਮੈਸ਼ ਕਰਨਾ ਹੈ ਤੁਸੀਂ ਇਹਨਾਂ ਨੂੰ ਗਰਾਇੰਡਰ ਚ ਪਾ ਕੇ ਗਰਾਇੰਡਿੰਗ ਕਰ ਲੈਣਾ ਬਿਸਮਿਲਲਾਹਿ ਰਹਿਮਨ ਰਹੀਮ ਇਹ ਦੇਖੋ ਇਸ ਤਰੀਕੇ ਨਾਲ ਆਪਾਂ ਭਾਪ ਗਰਮ-ਗਰਮ ਪੈਰੀ ਸੀ ਇਸਲੀ ਮੇ ਕਪੜੇ ਦੇ ਨਾਲ ਪਕੜ ਲਿਆ ਕਿ ਹੱਥ ਨਾ ਜਲੇ ਮੇਰਾ ਤੇ ਇਹ ਆਪਨਾ ਮੈਸ਼ ਹੋ ਗਿਆ ਉਨੇ ਦੇ ਵਿੱਚ ਥੋੜਾ ਜਿਹਾ ghee ਪਾਵਾਂਗੇ ਥੋੜਾ ਜਦੇ ਸੀ ghee ਪਾ ਕੇ ਚੈੱਕ ਕਰ ਲਾਂਗੇ ਪਹਿਲੇ ਜੀਨੇ ghee ਨਾਲ گزارਾ ਹੋ ਗਿਆ ਇਹ ਦੇਖੋ तकरीबन 2 ਤੋਂ 3 ਚਮਚ ਨੇ ਜੇ ਤੇ گزارਾ ਹੋ ਗਿਆ ਠੀਕ ਹੈ ਨਹੀਂ ਤੇ ਫਿਰ ਥੋੜਾ ਜਿਹਾ ghee ਹੋਰ ਪਾਵਾਂਗੇ ਇਹਨੂੰ ਭੁੰਨਾਂਗੇ ਇਹਦੇ ਨਾਲ ਬਹੁਤ ਅੱਛੇ ਤਰੀਕੇ ਦੇ ਨਾਲ ਭੁੰਨਣ ਦੇ ਨਾਲ ਜਰਾ ਟੇਸਟ ਹੋਰ ਅੱਛਾ ਹੋ ਜਾਏਗਾ ਬismillahirrahmanirrahim ਦੇਖੋ ਮਾਸ਼ਾਅੱਲਾ ਬੜੀਆਂ ਜ਼ਬਰਦਸਤੀਆਂ ਖੁਸ਼ਬੂਆਂ ਆ ਰਹੀਆਂ ਨੇ ਕਿਚਨ ਚੋਂ ਤੇ ਸਾਰਾ ਦਿਨ ਲੰਘ ਗਿਆ ਜੇ ਤੁਹਾਡੀ ਵੀਡੀਓ ਦੇ ਚੱਕਰ ਦੇ ਵਿੱਚ ਤੋ ਨਹੀਂ ਇਸ ਤੋਂ ਇਹ ਅੰਦਾਜ਼ਾ ਹੋ ਜਾਣਾ ਚਾਹੀਦਾ ਕਿ ਇੰਨੀ ਵੀਡੀਓ ਬਣਾਉਂਦਿਆਂ ਹੋਇਆਂ ਮੈਂ ਇੰਨੀ ਥੱਕ ਗਈ ਸੀ ਕਿ ਵੀਡੀਓ ਦੀ ਵਾਇਸ ਓਵਰ ਕਰਨ ਲੱਗਿਆ ਮੈਨੂੰ ਸਲਾਮ ਲੈਣ ਦਾ ਵੀ ਯਾਦ ਭੁੱਲ ਗਿਆ ਤੇ ਇਹ ਦੇਖੋ ਹੁਣ ਥੋੜਾ ਜਿਹਾ ghee ਮੈਂ ਹੋਰ ਪਾ ਦਿੱਤਾ ਸੀ ਆ ਕਿਉਂਕਿ ਥੋੜਾ ਲੱਗ ਰਿਹਾ ਸੀ ਮੈਨੂੰ ਤੇ ਇਹਨੂੰ ਹੁਣ ਆਪਾਂ ਇੱਕ ਬਰਤਨ 'ਚ ਕੱਢ ਲਾਂਗੇ ਤੇ ਬਰਤਨ 'ਚ ਕੱਢਣ ਲੱਗਿਆਂ ਖਿਆਲ ਰੱਖਣਾ ਮੈਂ ਤੁਹਾਨੂੰ ਅਕਸਰ ਵੀਡੀਓਜ਼ 'ਚ ਦੱਸਦੀ ਆ ਕਿ ਜਿੱਦੋਂ ਵੀ ਤੁਸੀਂ ਗਰਮ-ਗਰਮ ਚੀਜ਼ ਕੋਈ ਕੱਢਣੀ ਆ ਤੇ ਉਹਨੂੰ ਤੁਸੀਂ ਜਾਂ ਸ਼ੀਸ਼ੇ ਦੇ ਬਰਤਨ 'ਚ ਕੱਢੋ ਜਾਂ ਸਟੀਲ ਦੇ ਬਰਤਨ 'ਚ ਕੱਢੋ ਪਲਾਸਟਿਕ ਦੇ ਇਨ ਜਿੰਨਾ ਤੁਹਾਡੇ ਕੋਲ ਹੋ ਸਕੇ ਹੁਣ ਬਰਤਨ ਨੂੰ ਸਾਫ ਕਰ ਲੋ ਤੇ ਉਸੇ ਬਰਤਨ ਦੇ ਵਿੱਚ ਆਪਾਂ ਚੀਨੀ ਪਾ ਦਿਆਂਗੇ ਚੀਨੀ ਦਾ ਮੈਂ 1.5 ਕੱਪ ਇਹਦੇ ਵਿੱਚ ਪਾਇਆ ਹੈ ਬਿਸਮਿਲਲਾਹਿ ਰਹਿਮਾਨਿ ਰਹੀਮ ਹੁਣ ਇਹਦੇ ਵਿੱਚ ਫੇਰਾਂਗੇ ਚਮਚਾ ਅੱਗਾ ਆਪਣੀ ਤਕਰੀਬਨ ਸਲੋ ਆ ਤੇ ਇਹ ਦੇਖੋ ਬਿਲਕੁਲ ਸਲੋ ਵੀ ਨਹੀਂ ਤੁਸੀਂ ਰੱਖਣੀ ਨਹੀਂ ਤੇ ਚੀਨੀ ਮੈਲਟ ਹੁੰਦੀ ਹੈ ਬਹੁਤ ਟਾਈਮ ਲਾ ਦੇਗੀ ਤੇ ਫੁੱਲ ਵੀ ਨਹੀਂ ਰੱਖਣੀ ਕਿਉਂਕਿ ਚੀਨੀ ਜਲ ਜਾਏਗੀ ਇਹ ਦੇਖੋ ਚੀਨੀ ਕੈਰਮਲਾਈਜ਼ ਹੋ ਚੁੱਕੀ ਹੈ ਆਪਣੀ ਤੇ ਹੁਣ ਥੋੜਾ ਥੋੜਾ ਕਰਕੇ ਇਹਦੇ ਵਿੱਚ ਦੁੱਧ ਸ਼ਾਮਿਲ ਕਰਾਂਗੇ ਦੁੱਧ ਦਾ ਸਿਰਫ 1 ਕੱਪ ਆ ਮੈਜ਼ਰਿੰਗ ਕੱਪ ਦੁੱਧ ਮੇਰੇ ਕੋਲ ਜਿਹੜਾ ਸੀ ਉਹ ਬੋਰ ਜ਼ਿਆਦਾ ਠੰਡਾ ਸੀ ਤੇ ਇਸ ਲਈ ਇਹਨਾਂ ਚੀਨੀ ਜਿਹੜੀ ਇੱਕ ਦਫਾ ਕੱਟੀ ਹੋ ਗਈ ਜੇ ਨਾਰਮਲ ਟੈਂਪਰੇਚਰ ਦਾ ਦੁੱਧ ਹੁੰਦਾ ਤੇ ਫਿਰ ਇਹ ਵਾਲਾ ਸੀਨ ਨਹੀਂ ਸੀ ਹੋਣਾ ਤੇ ਇਹ ਦੇਖੋ ਇਹਨੂੰ ਮੈਂ ਇਸ ਤਰੀ ਹਲਾ ਲਾ ਕੇ ਸਾਰੀ ਨੂੰ ਦੁਬਾਰਾ ਵਿੱਚ ਮੈਲਟ ਕਰ ਲਿਆ ਤੇ ਹੁਣ ਜਿਹੜਾ ਗਾਜਰ ਦਾ ਹਲਵਾ ਆਪਾਂ ਭੁੰਨ ਕੇ ਬਾਹਰ ਕੱਢਿਆ ਸੀ ਉਹਨੂੰ ਦੁਬਾਰਾ ਇਸੇ ਬਰਤਨ ਦੇ ਵਿੱਚ ਰੱਖ ਦਿੱਤਾ ਤੇ ਹੁਣ ਇਹਨੂੰ ਭੁਨਾਂਗੇ ਚੰਗੇ ਤਰੀਕੇ ਨਾਲ ਬਹੁਤ ਹੀ ਵਧੀਆ ਜੀ ਖੁਸ਼ਬੂ ਆ ਰਹੀ ਹੈ ਬਹੁਤ ਹੀ ਜ਼ਬਰਦਸਤ ਤੁਸੀਂ ਚਾਹੋ ਤੇ ਇੱਥੇ ਇਹਦੇ ਵਿੱਚ 4-5 ਅੰਡੇ ਵੀ ਪਾ ਸਕਦੇ ਹੋ ਜੇ ਤੁਸੀਂ ਚਾਹੋ ਤੇ ਗਾਜਰ ਦੀ ਜਗ੍ਹਾ ਤੇ ਤੁਸੀਂ ਇਹਦੇ ਵਿੱਚ ਛੁਆਰੇ ਵੀ ਪਾ ਸਕਦੇ ਹੋ ਤੁਸੀਂ ਇਹ ਚ ਗਿਰੀ ਵੀ ਪਾ ਸਕਦੇ ਹੋ ਜਿਹੜੀ ਚੀਜ਼ ਮਰਜ਼ੀ ਤੁਸੀਂ ਇਹਦੇ ਵਿੱਚ ਬਣਾ ਲਓ ਲੇਕਿਨ ਇਹ ਵਾਕੇ ਕਿਸੇ ਵੀ ਚੀਜ਼ ਨੂੰ ਜ਼ਾਇਆ ਨਹੀਂ ਹੋਣ ਦੇਣਾ ਤੇ ਮਾਸ਼ਾਅੱਲਾ ਜ਼ਬਰਦਸਤ ਜੀਆਂ ਦੇਖੋ ਤਿੰਨ ਚੀਜ਼ਾਂ ਤਿੰਨੇ ਹੀ ਫਾਇਦੇ ਵਾਲੀਆਂ ਦੇਸੀ ਘੀ ਵੀ ਜਿੰਨੇ ਦਿਨ ਮਰਜ਼ੀ ਪਿਆ ਰਹੇਗਾ ਇਸਤੇਮਾਲ ਹੋਏਗਾ ਉਹਦਾ ਵੀ ਫਾਇਦਾ ਹੈ ਨਾਲ ਸੁੰਡ ਦਾ ਹਲਵਾ ਬਣਾਇਆ ਜਿਹੜਾ ਉਹ ਸਰਦੀਆਂ ਦੇ ਵਿੱਚ ਗੋਡੀਆਂ ਗਿੱਟੀਆਂ ਦੀਆਂ ਦਰਦਾਂ ਤੋਂ ਬਹੁਤ ਅੱਛਾ ਹੈ ਕਮਰ ਦੇ ਦਰਦ ਵਾਸਤੇ ਬਹੁਤ ਅੱਛਾ ਹੈ ਤੇ ਗਾਜਰ ਦਾ ਹਲਵਾ ਤੇ ਉਸ ਤਰ੍ਹਾਂ ਹੀ ਸਰਦੀਆਂ ਦੀ ਸੁਗਾਤ ਹੈ ਤੇ ਇਹ ਉਥੇ ਬਹੁਤ ਜ਼ਿਆਦਾ ਪਸੰਦ ਕੀਤਾ ਜਾਂਦਾ ਹੈ ਤੇ ਇਹ ਦੇਖੋ ਮਾਸ਼ਾਅੱਲਾ ਮਾਸ਼ਾਅੱਲਾ ਆਪਣਾ ਗਾਜੇ ਦਾ ਹਲਵਾ ਵੀ ਤਿਆਰ ਹੋ ਗਿਆ ਦੇਖਿਆ ਫਿਰ ਆਪਾਂ ਕਿੰਨੀਆਂ ਸਾਰੀਆਂ ਚੀਜ਼ਾਂ ਬਣਾ ਰਹੀਆਂ ਸਿਰਫ 1 ਕਿਲੋ ਬਲਾਈ ਦੇ ਨਾਲ ਜੋ ਬਲਾਈ ਵੀ ਮੈਂ ਕਿਨੇ ਦਿਨਾਂ ਚ ਜੋੜੀ ਸੀ ਸਿਰਫ 15 ਦਿਨ ਦੀ ਬਲਾਈ ਸੀ ਇਹ ਤੇ ਡਿਪੈਂਡ ਕਰਦਾ ਹੈ ਕਿ ਤੁਹਾਡੇ ਘਰ ਚ ਕਿੰਨਾ ਦੁੱਧ ਆਂਦਾ ਹੈ ਤੇ ਇਹ ਵੀ ਮੈਂ ਤੁਹਾਨੂੰ ਦੱਸਾਂਗੀ ਕਿ ਦੁੱਧ ਤੋਂ ਬਲਾਈ ਜ਼ਿਆਦਾ ਲੈਣ ਵਾਸਤੇ ਦੁੱਧ ਨੂੰ ਕਿਸ ਤਰੀਕੇ ਨਾਲ ਬੋਇਲ ਕੀਤਾ ਜਾਂਦਾ ਹੈ ਉਹ ਜਿਸ ਦਿਨ ਕਿਤੇ ਟਾਈਮ ਮਿਲਿਆ ਤੇ ਮੈਂ ਤੁਹਾਨੂੰ ਇਹ ਵੀਡੀਓ ਵੀ ਬਣਾ ਕੇ ਤੁਹਾਨੂੰ ਦੱਸਾਂਗੀ ਕਿ ਕਿਹੜੇ ਤਰੀਕੇ ਨਾਲ ਦੁੱਧ ਨੂੰ ਤੁਸੀਂ ਗਰਮ ਕਰਨਾ ਹੈ ਕਿ ਦੁੱਧ ਜਿਹੜਾ ਬੋਇਲ ਹੋਵੇ ਉਸ ਤੋਂ ਬਾਅਦ ਭਲਾਈ ਉੱਤੇ ਮੋਟੀ ਆਵੇ ਜਿਹੜਾ ਤੁਸੀਂ ਦੁੱਧ ਦੀ ਇਸਤੇਮਾਲ ਕਰਨ ਵਾਸਤੇ ਭਲਾਈ ਹਾਸਲ ਕਰਨ ਵਾਸਤੇ ਗਰਮ ਕਰਨਾ ਹੁੰਦਾ ਹੈ ਉਹਨੂੰ ਅਲੱਗਾਂ ਤਰੀਕੇ ਨਾਲ ਗਰਮ ਕੀਤਾ ਜਾਂਦਾ ਹੈ ਜੇ ਤੁਸੀਂ ਉਹਦੀ ਦਹੀਂ ਜਮਾਨੀ ਹੈ ਤੇ ਉਹ ਅਲੱਗਾਂ ਤਰੀਕੇ ਨਾਲ ਗਰਮ ਹੁੰਦਾ ਇਨਸ਼ਾ ਅੱਲਾਹ ਤਾਲਾ ਤੁਹਾਨੂੰ ਦੋਨੇ ਤਰੀਕੇ ਦੱਸਾਂਗੇ ਕਿਸੇ ਦਿਨ ਬਾਕੀ ਲੋ ਫੈਟ ਦੇ ਦਹੀਂ ਦੀ ਰੈਸਪੀ ਮੇਰੇ ਚੈਨਲ ਤੇ ਪਈ ਹੈ ਉਹਨੂੰ ਵੀ ਜ਼ਰੂਰ ਦੇਖਿਆ ਜੇ ਜੇ ਤੁਸੀਂ weight loss ਕਰ ਰਹੇ ਹੋ ਜਾਂ ਤੁਸੀਂ ਸ਼ੂਗਰ ਦੇ ਮਰੀਜ਼ ਹੋ ਤੇ ਫੁੱਲ ਫੈਟ ਦੇਹੀਂ ਤੋਂ ਵੀ ਅਵਾਈਡ ਕਰੋ ਤੇ ਉਹਦੀ ਰੈਸিপি ਜ਼ਰੂਰ ਦੇਖੋ ਬਹੁਤ ਹੀ ਜ਼ਬਰਦਸਤ ਆ ਬਣਿਆ ਤੇ ਇਹ ਦੇਖੋ ਮਾਸ਼ਾਅੱਲਾ ਮਾਸ਼ਾਅੱਲਾ ਸੁਭਾਨ ਅੱਲਾਹ ਦੇਖੋ ਮਾਸ਼ਾਅੱਲਾ ਕਿੰਨਾ ਜ਼ਬਰਦਸਤ ਲੱਗ ਰਿਹਾ ਸਾਰਾ ਕੁਝ ਤੇ ਸੁਣਦੇ ਹਲਵੇ ਨੂੰ ਮੈਂ ਗਾਰਨਿਸ਼ ਨਹੀਂ ਕੀਤਾ ਗਾਜਰ ਦੇ ਹਲਵੇ ਨੂੰ ਮੈਂ ਖਜੂਰਾਂ ਦੇ ਨਾਲ ਗਾਰਨਿਸ਼ ਕਰ ਲਿਆ ਤੇ ਤੁਸੀਂ ਚਾਹੋ ਤੇ ਇਹਨਾਂ ਨੂੰ ਬਦਾਮ ਡਰਾਈ ਫਰੂਟ ਜੋ ਚੀਜ਼ ਮਰਜ਼ੀ ਲਾ ਕੇ ਗਾਰਨਿਸ਼ ਕਰ ਸਕਦੇ ਹੋ ਸੁਣਦਾ ਹਲਵਾ ਇਸ ਲਈ ਨਹੀਂ ਕੀਤਾ ਕਿਉਂਕਿ ਇਹ ਬਾਕੀ ਚੀਜ਼ਾਂ ਬਣਦੇ ਬਣਦੇ ਠੰਡਾ ਹੋ ਗਿਆ ਸੀ ਕਿ ਗਾਜੇ ਦੇ ਹਲਵੇ ਤੇ ਥੋੜਾ ਟਾਈਮ ਜ਼ਿਆਦਾ ਲੱਗਾ ਕਿ ਇੰਨਾ ਸਾਰਾ ਉਦ ਵਿੱਚ ਦੁੱਧ ਖੁਸ਼ਕ ਕਰਨਾ ਪਿਆ ਇੱਕ ਦਫਾ ਦੁਬਾਰਾ ਤੁਹਾਡੀ ਤੋਂ ਰਿਕਵੈਸਟ ਹੈ ਕਿ ਵੀਡੀਓ ਚੰਗੀ ਲੱਗੀ ਤੇ ਲਾਈਕ ਤੇ ਸ਼ੇਅਰ ਜ਼ਰੂਰ ਕਰਿਆ ਜੇ ਚੈਨਲ ਤੇ ਨਵੇਂ ਆ ਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਜਾਇਓ ਤੇ ਨਾਲ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰਿਆ ਜੇ ਤਾਂ ਕਿ ਆਉਣ ਵਾਲੀ ਵੀਡੀਓਜ਼ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਆਸਾਨੀ ਨਾਲ ਪਹੁੰਚ ਸਕੇ ਮਿਲਦੇ ਹਾਂ ਕਿਸੇ ਨੈਕਸਟ ਵੀਡੀਓ ਜਿੰਨ ਤੱਕ ਲਈ ਅੱਲਾਹ ਹਾਫਿਜ਼